ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ ਆ ਕਿ ਕੁਲਚਾ ਜਿਹੜਾ ਨਾ ਮੈਂ ਬੜਾ ਸ਼ਕੀਨ ਆ ਕੁਲਚਿਆਂ ਦਾ ਤੇ ਕੁਲਚਾ ਲੈਣ ਵਾਲੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਉਹ ਮੈਂ ਜਦੋਂ ਐਮਐਲਏ ਵੀ ਨਹੀਂ ਸੀ ਉਦੋਂ ਵੀ ਉਹਨਾਂ ਦੇ ਖਾਂਦਾ ਸੀ ਫਿਰ ਮੈਂ ਐਮਐਲਏ ਬਣਿਆ ਉਦੋਂ ਵੀ ਖਾਂਦਾ ਰਿਹਾ ਤੇ ਫਿਰ ਜਦੋਂ ਮੈਂ ਮੰਤਰੀ ਬਣਿਆ ਉਦੋਂ ਬਾਅਦ ਹੀ ਮੈਂ ਤਿੰਨ ਚਾਰ ਵਾਰ ਉਹਨਾਂ ਦੇ ਖਾ ਕੇ ਜਿਹੜਾ ਉਹ ਆਇਆ ਤੇ ਕੁਲਚਾ ਖਾਣ ਨਾਲ ਨੂੰ ਇਹ ਪਤਾ ਹੁੰਦਾ ਸਵਾਦ ਕਿਉਂਕਿ ਮੇਰਾ ਵੀਸੀ ਸਾਹਿਬ ਨਾਲ ਬੜਾ ਪਿਆਰ ਹੈ ਜਿਹੜੇ ਜੀਐਨਡੀਯੂ ਵਾਲੇ ਆ ਉਹ ਕਈ ਵਾਰ ਕਹਿ ਦਿੰਦੇ ਆ ਵੀ ਮੀਤ ਜੀ ਤੁਹਾਨੂੰ ਇੱਥੇ ਮੰਗਵਾ ਦਿੰਦੇ ਆ ਮੈਂ ਕਹਿੰਦਾ ਜੀ ਜਿਹੜਾ ਉੱਥੇ ਬਹਿ ਕੇ ਖਾਣ ਦਾ ਸਵਾਦ ਆਉਂਦਾ ਨਾ ਉਹ ਉੱਥੇ ਆ ਤੇ ਅੰਮ੍ਰਿਤਸਰ ਵਾਲ ਨੂੰ ਪਤਾ ਮਜੀਠੀਆ ਸਾਹਿਬ ਨੂੰ ਹੋ ਸਕਦਾ ਨਾ ਪਤਾ ਹੋਵੇ ਤੁਸੀਂ ਪੁੱਛ ਲਿਓ ਜਾ ਕੇ ਵੀ ਕੁਲਚਾ ਲੈਣ ਤੇ ਕਦੇ ਆਇਆ ਕਿ ਨਹੀਂ ਸੋ ਮੈਂ ਜੋ ਉਹਨਾਂ ਨੇ ਕਿਹਾ ਕਿ ਜੀ ਹੋਟਲ ਦੇ ਕਮਰੇ ਚ ਮੰਤਰੀ ਸਾਹਿਬ ਤਿੰਨੋਂ ਉੱਥੇ ਉਹਨਾਂ ਨੂੰ ਕੁਲਚਾ ਲੈਣ ਤੇ ਉੱਥੇ ਕਹਿੰਦੀ ਵੀ ਅਸੀਂ ਲੋਕਾਂ 'ਚ ਖੜ ਕੇ ਥੋੜੀ ਖਾਵਾਂਗੇ ਅਸੀਂ ਹੋਟਲ ਦੇ ਕਮਰੇ 'ਚ ਮੰਗਾਵਾਂਗੇ ਉੱਥੇ ਕੁਲਚੇ ਮੰਗਵਾਏ ਪਤਾ ਨਹੀਂ ਕੀ ਮੈਂ ਇੱਕ ਮਿੰਟ ਮੈਂ ਤੁਸੀਂ ਸਾਰੇ ਇੱਥੇ ਹੋ ਅੰਮ੍ਰਿਤਸਰ 'ਚੋਂ ਮੈਂ ਇੱਕ ਗੱਲ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਕਹਿਣਾ ਇਹ ਗੱਲ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਆ ਮੈਂ ਰਾਜਨੀਤੀ ਛੱਡੂੰਗਾ ਨਹੀਂ ਬਿਕਰਮ ਮਜੀਠੀਆ ਤੇ ਉਹ ਜਿਹੜਾ ਇੱਕ ਪੱਤਰਕਾਰ ਉਹ ਮਾਫੀ ਮੰਗੇ ਤੇ ਜਵਾਬ ਦੇਵੇ ਵੀ ਇਹ ਤੁਸੀਂ ਮਨਘੜਤ ਕਹਾਣੀ ਫਿਲਮ ਵਾਲੀ ਇਹ ਜਿਹੜੀ ਕਿੱਥੋਂ ਬਣਾਈ ਕਿੱਥੇ ਪਰ ਉਹ ਕਹਿੰਦੇ ਜੋ ਅਸੀਂ ਮੁੱਦੇ ਉਠਾਏ ਅਸੀਂ ਮੁੱਦੇ ਉਠਾਉਂਦੇ ਸੀ ਕਿਤੇ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਕਿਤੇ ਕੋਈ ਘਪਲਾ ਹੋਇਆ ਯਾਰ ਕੋਈ ਗੱਲ ਹੈ ਕਰਨ ਵਾਲੀ ਏ ਮੈਂ ਕਹੂੰਗਾ ਕਿ ਤੁਸੀਂ ਕੁਲਚਾ ਲੈਣ ਵਾਲੇ ਕੋਲੇ ਜਾਓ ਤੁਸੀਂ ਉਦੋਂ ਪੁੱਛੋ ਵੀ ਜਿੱਦਣ ਤਿੰਨ ਮੰਤਰੀ ਆਇਆ ਤੇਰੀ ਦੁਕਾਨ ਤੇ ਵੇਖਾ ਗਿਆ ਕਿ ਕਿਤੇ ਹੋਟਲ ਦੇ ਕਮਰੇ ਚ ਜਿਹੜੇ ਆ ਮੰਗਵਾਇਆ ਮਜੀਠੀਆ ਸਾਹਿਬ ਤੁਹਾਡਾ ਜੀਜਾ ਕਰਦਾ ਰਿਹਾ ਤੁਸੀਂ ਸਾਲਾ ਭਨੋਈਆ ਕਰਦੇ ਰਹੋ ਲੋਕਾਂ ਦੇ ਹੋਟਲ ਦੱਬਣ ਦੀ ਸਾਰੇ ਮਲਵਈ ਤੁਹਾਡੇ ਜੀਜੇ ਯਾਰ ਕਿਹੜੇ ਸਾਡੇ ਮਲਵਈ ਮਿਹਨਤੀ ਲੋਕ ਆ ਪੱਤਰਕਾਰ ਸਾਹਿਬ ਜਾਂ ਮਜੀਠੀਆ ਤਾਂ ਪਤਾ ਨਹੀਂ ਸਾਡੇ ਝੂਠੇ ਭਾਂਡੇ ਚੱਕਣ ਗਏ ਸੀ ਵੀ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਹੋਟਲ ਦੇ ਉੱਥੇ ਕਮਰੇ 'ਚ ਬਹਿ ਕੇ ਜਿਹੜੇ ਉਹ ਖਾਧੇ ਆ ਉਹ ਬਹੁਤ ਮੈਂ ਇਹਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰਸੋਂ ਦਾ ਉਹਨੇ ਇਹ ਕੀਤੀ ਆ ਚੱਲ ਰਿਹਾ ਪਰ ਸਾਨੂੰ ਇਹ ਮਜਬੂਰ ਕਰਤਾ ਕਿਉਂਕਿ ਜੋ ਸੋਸ਼ਲ ਮੀਡੀਆ ਤੇ ਕਈ ਸਾਡੇ ਵੀ ਬਦਮਾਨ ਬਣ ਜਾਂਦੇ ਆ ਮਤਲਬ ਕਿ ਜੋ ਇੱਕ ਬੰਦੇ ਨੇ ਝੂਠ ਪਰੋਸਤਾ ਤੁਸੀਂ ਸਾਡੇ ਤੋਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਉਹ ਹੋਟਲ ਵਾਲ ਤੋਂ ਜਾ ਕੇ ਨਹੀਂ ਪੁੱਛਿਆ ਤੁਸੀਂ ਕੁਲਚਾ ਲੈਣ ਵਾਲ ਤੋਂ ਜਾ ਕੇ ਨਹੀਂ ਪੁੱਛਿਆ ਤੇ ਤੁਸੀਂ ਇੱਕ ਮਨਘੜਤ ਕਹਾਣੀ ਬਣਾ ਕੇ ਜਿਹੜੀ ਆ ਉਹ ਚਲਾ ਰਹੇ ਹੋ ਸੋ ਮੈਂ ਦੁਬਾਰਾ ਚੈਲੰਜ ਕਰਦਾ ਇਹ ਪ੍ਰੂਵ ਕਰ ਦੇਣ ਵੀ ਅਸੀਂ ਹੋਟਲ ਦੇ ਕਮਰੇ 'ਚ ਬਹਿ ਕੇ ਖਾਧਾ ਮੈਂ ਰਾਜਨੀਤੀ ਛੱਡੂੰਗਾ ਨਹੀਂ ਜੋ ਜਦੋਂ ਵੀ ਅੰਮ੍ਰਿਤਸਰ ਆਉਣਾ ਹਮੇਸ਼ਾ ਮੈਂ ਸਟੇ ਕਰਦਾ ਸਰਕਾਰੀ ਕਿਤੇ ਵੀ ਕਿਸੇ ਹੋਟਲ 'ਚ ਅੱਜ ਤੱਕ ਮੈਂ ਗਿਆ ਹੋਵਾਂ ਕੋਈ ਹੋਟਲ ਵਾਲਾ ਕਹਿ ਦੇ ਵੀ ਮੀਤ ਨੇ ਸਾਨੂੰ ਵਿਗਾੜ ਪਾਈ ਹੈ ਮੇਰੇ ਕੋਲੇ ਪੋਲੂਸ਼ਨ ਡਿਪਾਰਟਮੈਂਟ ਹੈ ਮੈਂ ਸਾਰੇ ਮੈਨੂੰ ਇੰਡਸਟਰੀ ਵਾਲੇ ਵੀ ਸੁਣਦੇ ਹੋਣਗੇ ਮੈਨੂੰ ਸਾਡੇ ਸਾਰੇ ਬਰਨਾਲੇ ਦੇ ਲੋਕ ਜਾਣਦੇ ਆ ਕੋਈ ਇੱਕ ਬੰਦਾ ਕੋਈ ਅਫਸਰ ਕੋਈ ਠੇਕੇਦਾਰ ਮੇਰੇ ਕੋਲੇ 5 ਮਹਿਕਮੇ ਆ ਕੋਈ ਇੰਡਸਟਰੀ ਵਾਲਾ ਕਹਿ ਦੇ ਵੀ ਮੀਤ ਨੇ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਹੋਣਗੀਆਂ ਪਰ ਯਾਰ ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ ਜੇ ਤੁਸੀਂ ਮਤਲਬ ਕਿ ਹੇਠਲੇ ਲੈਵਲ ਦੀ ਜਿਹੜੀ ਤੁਸੀਂ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਹੋ ਮੈਂ ਦੁਬਾਰਾ ਕਹਿੰਦਾ ਕੋਈ ਕਦੇ ਚਾਹ ਦਾ ਕੱਪ ਪ੍ਰੂਵ ਕਰ ਕਿ ਕੋਈ ਅਸਲੀ ਮੁੱਦਾ ਜਿਹੜਾ ਸਾਡੇ ਜਿਹੜੇ ਕੋਈ ਮੰਤਰੀ ਸਾਹਿਬਾਨ ਆ ਉਹਨਾਂ ਦੇ ਗੇਸਟ ਮਿਲ ਨਹੀਂ ਰਿਹਾ 1.5 ਸਾਲ ਜਿਹੜਾ ਸਰਕਾਰ ਦਾ ਲੰਘ ਚੁੱਕੇ ਆ ਕਿਸੇ ਤੇ ਕੋਈ ਉਂਗਲ ਕਰਕੇ ਕੋਈ ਗੱਲ ਕਹਿ ਨਹੀਂ ਸਕਦਾ ਹੁਣ ਤੁਸੀਂ ਦੇਖੋ ਵੀ 1.5 ਸਾਲ 'ਚ ਇਹ ਗੱਲ ਇੱਕ ਕੱਢ ਕੇ ਲਿਆਂਦੀ ਹੈ ਜਿਹੜੀ ਮਨ ਘੱਟ ਤੁਸੀਂ ਚੈੱਕ ਕਰ ਲਓ 15 ਅਗਸਤ ਤੋਂ 15 ਸਪਤੰਬਰ ਤੱਕ 58 ਨੋਟਿਸ ਗਿਆ ਅੰਮ੍ਰਿਤਸਰ ਉਹ ਅਸੀਂ ਸਾਰੇ ਕੋਈ ਬਦਲਾ ਕੁਰੀਅਰ ਭੇਜਤੇ ਰੂਟੀਨ 'ਚ ਜਿਹੜੇ ਨੋਟਿਸ ਆ ਜਿਹੜੇ ਉਹ ਜਾਂਦੇ ਆ ਕਿਸੇ ਨੂੰ ਕੋਈ ਗਲਤ ਨੋਟਿਸ ਗਿਆ ਉਹ ਬੰਦੇ ਨੇ ਚੀਜ਼ ਕੰਪਲੀਟ ਕੀਤੀ ਹੋਈ ਸੀ ਤੁਸੀਂ ਗੱਲ ਤੁਸੀਂ ਉਹ ਗੱਲ ਕਰੋ ਰੋਜ਼ਾਨਾ ਰੂਟੀਨ 'ਚ ਚੈਕਿੰਗਾਂ ਸਾਡੀ ਸਰਕਾਰ ਦੇ ਵਿੱਚ ਵਧੀਆਂ ਨੇ ਸਾਰਿਆਂ ਦੇ ਵਧੀਆਂ ਨੇ ਸਾਰੇ ਮਹਿਕਮੇ ਦੀਆਂ ਵਧੀਆਂ ਨੇ ਮੈਂ ਕਿਸੇ ਦੇ ਮੰਨ ਲਓ ਵੀ ਬੈਠ ਕੇ ਕਿਤੇ ਚਾਹ ਦਾ ਕੱਪ ਮੈਂ ਪੀ ਲਿਆ ਇਹਦਾ ਮਤਲਬ ਇਹ ਥੋੜੇ ਵੀਰੇ ਉਹਨਾਂ ਸਾਂਝ ਪੈ ਗਈ ਮੈਂ ਉਹਨੂੰ ਪ੍ਰੋਟੈਕਟ ਕਰੂੰ ਤੁਸੀਂ ਮੈਂ ਦੁਬਾਰਾ ਕਹਿਣਾ ਤੁਹਾਡਾ ਜੀਜਾ ਤੇ ਤੁਸੀਂ ਲੋਕਾਂ ਦੀਆਂ ਬੱਸਾਂ ਵੀ ਦੱਬੀਆਂ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਤੁਸੀਂ ਹੋਟਲਾਂ 'ਚ ਵੀ ਹਿੱਸੇ ਪਾਏ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਅਸੀਂ ਤੁਹਾਡੇ ਵਰਗੀ ਹੇਠਲੇ ਪੱਧਰ ਦੀ ਰਾਜਨੀਤੀ ਨਹੀਂ ਕਰਦੇ ਮੈਂ ਮਜੀਠੀਆ ਸਾਹਿਬ ਨੂੰ ਕਹੂੰਗਾ ਵੀ ਇਦਾਂ ਦੀ ਤੁਸੀਂ ਕੋਈ ਮੁੱਦੇ ਆ ਤੁਸੀਂ ਕੋਈ ਚੱਜ ਦੇ ਲੈ ਕੇ ਆਓ ਬਿਲੋ ਦਾ ਬੈਲਟ ਜਿਹੜੀ ਪੋਲਿਟਿਕਸ ਆ ਉਹ ਨਾ ਕਰੋ